बिस्मिल्लाहिर्रहमानिर्रहीम अस्सलाम अलैकुम वेहरे तुसी अपना करनाना चैनल ते मैं तुहाडा मेज़बान बुला लूंगा पर हम आवाज़ तेरे जाना दी नवी तो नवी वीडियो लैके आवे दा इंशाल्लाह उम्मीद करने वीडियो पसंद भी कर दियो लाइक भी कर दियो शेयर भी कर दियो सब तो पहले अपने चैनल नु करना सब्सक्राइब ते बेल आइकन दा बटन जरूर दबा लेना ताकि साडी हर आने वाली नवी तो नवी वीडियो जेड़ी तुहाडे तक आसानी पहुंच सके। लो जी वीडियो असां नहीं बनाने लगे बस सिलसिलेवार वीडियो वार है जुमातुल मुबारक तारीख 1 नवंबर 2024 जिला तहसील गुजरात पिंड देते आल चेचिया इत्याम गुजर साहब वीडिये माशाल्लाह गुजर साहब ने अज 7 मझां ते 2 गावां लानियां ने 9 डंगर ने बाकी जिहड़ी गलबात है ना वह गुजर साहब ने कर लेने लेकिन मझां भी भरावां ने तसली नाल वेख लेनियां ने ते माशाल्लाह जिहड़ी गां वेदी ना वह भी भरावां ने तसली नाल वेख लेनी है बाकी जिहड़ी गलबात है ना वह गुजर साहब ने कर लेने कि इन्हां 9 डंगरां दी कोई सेल भी होई आ सारियां दा रेट ही लाना है ਉਹ ਸਾਰੀ ਗੱਲ ਬਾਤ ਕਰ ਲੈਨੇ ਆਓ ਜੀ ਗੁਜਰ ਸਾਹਿਬ ਜੀ ਸ਼ੁਰੂ ਕਰੀ ਅਸਲਾਮ ਅਲੈਕਮ ਵਾਲੇਕਮ ਸਲਾਮ ਬਲਾਲ ਸਾਹਿਬ ਸੁਣਾਓ ਕੀ ਹਾਲ ਨੇ ਜੀ ਅੱਲਾ ਦਾ ਸ਼ੁਕਰ ਠੀਕ ਠਾਕ ਤੁਸੀਂ ਸੁਣਾਓ ਬੜਾ ਅੱਲਾ ਪਾਕ ਦੇ ਕਰਮ ਦੇ ਸ਼ੁਕਰ ਮਾਸ਼ਾਅੱਲਾ ਗੁਜਰ ਸਾਹਿਬ ਅੱਜ 9 ਡੰਗਰ ਨੇ ਜੀ ਅੱਜ ਵੀਡੀਓ ਲਾਣੀ ਹੈ 7 ਮੱਝਾਂ ਤੇ 2 ਗਾਵਾਂ 2 ਗਾਵਾਂ ਤੇ ਇਹਨਾਂ 9 ਡੰਗਰਾਂ ਦਾ ਰੇਟ ਲਾਣਾ ਜਾਂ ਵਿੱਚ ਸੇਲ ਵੀ ਹੋਈ ਹੈ ਬਲਾਲ ਇੱਕ ਮੱਝ ਹੈ ਵਿੱਕੀ ਭੱਜੀ ਹੈ ਇੱਕ ਮੱਝ ਵਿੱਕੀ ਭੱਜੀ ਹੈ ਠੀਕ ਹੈ ਡੰਗਰ 10 ਨਹੀਂ ਹੈ ਡੰਗਰ ਦੇ ਕੈਮਰਾਮੈਨ ਹੋ ਗਏ ਉਹ ਅੱਖਾਂ ਨੇ ਤੁਹਾਨੂੰ ਮਾਰ ਕੇ ਵਾਹ ਕਿ ਅੱਲਾ ਪਾਕ ਨੇ ਰੌਣਕਾਂ ਲਾਈਆਂ ਨੇ ਜੀ ਕੀ ਬਾਤ ਹੈ ਮਾਸ਼ਾਅੱਲਾ ਡੰਗਰ ਰਾਜ ਨੇ 2 ਡੰਗਰ ਵਿਕੇ ਨੇ ਜੀ ਤੇ ਬਕਾਇਆ 9 ਡੰਗਰਾਂ ਦਾ ਅੱਛਾ ਦਾ ਰੇਟ ਲਾਣਾ 8-9 ਦਾ ਰੇਟ ਲਾਣਾ ਹੈ ਕੋਈ ਇੱਕ ਵਿੱਕੀ ਵੱਜੀ ਹੈ ਉਧਰ ਅੰਦਰ ਵੀ ਵੱਜੀਆਂ ਨੇ ਬਾਕੀ ਜਿਹੜੀ ਇੱਥੇ ਇੱਕ ਭਰਾਵਾਂ ਨੂੰ ਵਹਾਵਾਂਦੇ ਜੀ ਬਿਲਕੁਲ ਕਰੀਏ ਸ਼ੁਰੂ ਜੀ ਬਿਸਮਿਲ੍ਲਾ ਲਿਆਓ ਜੀ ਮਾਈ ਨੰਬਰ 1 ਲਿਆਓ ਲਓ ਜੀ ਮਾਈ ਨੰਬਰ ਆ ਗਈ ਜੀ 1 ਮਾਸ਼ਾਅੱਲਾ ਜੀ ਝੋਟੀ ਤਲਾ ਸਾਹਿਬ ਭਰਾਵਾਂ ਨੂੰ ਤਸੱਲੀ ਨਾਲ ਵਹਾਣੀ ਹੈ ਬਲਾਲ ਸਾਹਿਬ ਲੈਣੇ ਲੈਣੇ ਨਸੀਬ ਨੇ ਜੇ ਨਸੀਬ ਕੈਮਰਾਮੈਨ ਸਾਹਿਬ ਜਰਾ ਭਰਾਵਾਂ ਨੂੰ ਪੂਰੀਆਂ ਤਸੱਲੀਆਂ ਕਰਾ ਦੇਣੀਆਂ ਨੇ ਇਹੋ ਜਿਹੀਆਂ ਸ਼ੈਵਾਂ ਰੋਜ਼-ਰੋਜ਼ ਨਹੀਂ ਲੱਭਦੀਆਂ ਕੀ ਬਾਤ ਹੈ ਜੀ ਮਾਸ਼ਾਅੱਲਾ ਜ਼ਿੰਦਾਬਾਦ ਗੁਜਰ ਸਾਹਿਬ ਠੀਕ ਹੈ ਜੀ ਸਾਹਿਬ ਕੀ ਸਵਾਲ ਆਇਆ ਮਾਈ ਨੰਬਰ 1 ਬਲਾਲ ਪਹਿਲਾ ਸਵਾਲ ਆਇਆ ਹੀ ਝੋਟੀ ਨੇ ਪਹਿਲਾ ਸਵਾਲ ਝੋਟੀ ਨੇ ਲਾਇਆ ਤੇ ਕਿੰਨੀਆਂ ਦਿਨਾਂ ਦੀ ਸੂਈ ਹੈ ਬਲਾਲ ਸੂਈ ਰਾਤੀ ਤਕਰੀਬਨ 12 ਵਜੇ ਸੂਈ 12 ਵਜੇ ਦੀ ਸੂਈ ਹੈ ਜੇਰ ਮੁਕੰਮਲ ਪੈ ਗਈ ਜੇਰ ਅੱਲਾ ਦੇ ਹੁਕਮ ਨਾਲ 3 ਵਜੇ ਮੁਕੰਮਲ ਪੈ ਗਈ ਕੀ ਬਾਤ ਹੈ ਜੀ ਮਾਸ਼ਾਅੱਲਾ ਮਗਰ ਕੱਟੀ ਮਗਰ ਕੱਟਾ ਲੋ ਜੀ ਮਗਰ ਕੱਟਾ ਰਾਤੀ ਦੀ ਸੂਈ ਹੈ ਜੇਰ ਮੁਕੰਮਲ ਪੈ ਗਈ ਹੈ ਕੈਮਰਾਮੈਨ ਸਾਹਿਬ ਜ਼ਰਾ ਝੋਟੀ ਨਹੀਂ ਤਸਲੀਆਂ ਭਰਾਵਾਂ ਨੂੰ ਕਰਾ ਦੇਣੀਆਂ ਨੇ ਅੱਲਾ ਦੇ ਹੁਕਮ ਨਾਲ ਬਲਾਲ ਕਦੋਂ 1000 ਮੱਝ ਵੀ ਹੋਵੇ ਦੀ ਨਾ ਜੀ ਤੇ ਇੰਜ ਦੀ ਪੈਲਣ ਨਹੀਂ ਹੋਣ ਲੱਗੀ ਮਾਸ਼ਾਅੱਲਾ ਮੂੜ ਮੂੜ ਦਾ ਥਾਣ ਹੋਵੇ ਦਾ ਲੱਗੇ ਅੱਲਾ ਮੇਰੇ ਦੇ ਹੁਕਮ ਨਾਲ ਠੀਕ ਹੈ ਕੀ ਬਾਤ ਹੈ ਗੁਜਰ ਸਾਹਿਬ ਜਿਹੜੀ ਪਹਿਲੀ ਬੋਲੀ ਕੱਢੀ ਹੈ ਮਾਈਕ ਥਲੋਂ ਉਹ ਕਿੰਨੀ ਕੁ ਹੈ ਬਲਾਲ ਪਹਿਲਣ ਹੋ ਕੇ ਝੋਟੀ ਮੇਰੀ ਲੱਤ ਚੁੱਕੇ ਜੀ 100 ਰੁਪਈਆ ਨਹੀਂ ਲੈਣਾ ਕੀ ਬਾਤ ਅਗਰ ਜਾਣਦਾ ਸੁਣਨਾ ਲੰਮੀ ਜ਼ਿੰਦਾਬਾਦ ਚੁਵਾਈ ਤੇ ਪਸਮਾ ਦੂਜਣਾ ਜਾਂ ਤ੍ਰੀਜਣਾ ਮੱਝਾਂ ਵਾਲਾ ਹੋਵੇ ਤੇ ਤਾਂ ਲੈਣੀ ਹੈ ਠੀਕ ਹੈ ਠੀਕ ਹੈ ਠੀਕ ਹੋ ਗਿਆ ਪਹਿਲੀ ਬੋਲੀ ਬੱਚਿਆਂ ਨੂੰ ਜਾ ਕੇ ਨਾ ਬਲਾਲ ਜੀ 12 ਕਿਲੋ ਕੱਢੀ ਹੈ ਝੋਟੀ ਬੱਚਿਆਂ ਨੂੰ ਜਾ ਕੇ ਜਿਹੜੀ ਪਹਿਲੀ ਬੋਲੀ ਕੱਢੀ ਹੋ 12 ਕਿਲੋ ਤੇ ਹਾਲੀ ਵੱਧੀ ਹੈ ਨਾ ਮੱਝ ਜੀ ਠੀਕ ਹੈ ਬਲਾਲ ਜਿਸ ਤੇ ਮਾਈ ਸਰ ਕੀ ਸੂਈ ਹੈ ਨਾ ਅੱਛਾ ਰਾਤੀ ਜੀ ਗੁਜਰ ਸਾਹਿਬ ਕਦ ਗੱਲ ਹੈ ਮੱਝ ਨੂੰ ਵੇਖ ਕੇ ਖੋਫ ਆਉਂਦਾ ਜ਼ਿੰਦਾਬਾਦ ਠੀਕ ਹੈ ਮਾਸ਼ਾਅੱਲਾ ਕੀ ਬਾਤ ਹੈ ਕਦ ਗੱਲ ਹੈ ਠੀਕ ਹੈ ਇਹ ਜਿਹੜੀਆਂ ਆਮ ਮੱਝਾਂ ਨੇ ਨਾ ਆਮ ਮੱਝਾਂ ਜੀ ਠੀਕ ਹੈ ਉਹਨਾਂ ਨੇ ਮੇਰੀ ਮਾਈ ਦਾ ਲਿਬਾਸ ਕੀਤੇ ਆਂ ਜ਼ਿੰਦਾਬਾਦ ਸ਼ਕਲ ਸੋਹਣੀ ਮੈਂ ਕਹਿੰਦਾ ਅੱਲਾ ਮੇਰੇ ਦੇ ਹੁਕਮ ਨਾਲ ਬਲਾਲ ਡੱਬੀ ਚ ਪਾ ਕੇ ਰੱਖਣ ਵਾਲੀ ਮੱਝੇ ਕੀ ਬਾਤ ਹੈ ਜੀ ਜ਼ਿੰਦਾਬਾਦ ਗੁਜਰ ਸਾਹਿਬ ਨੇ ਬੱਚਾ ਫੜ ਲਿਆ ਗੁਜਰ ਸਾਹਿਬ ਸੋਹਣੀ ਜੀ ਗੱਲ ਸੁਣਾਓ ਕੀ ਮੁੱਲ ਹੈ ਮਾਈ ਨੰਬਰ 1 ਦਾ ਬਲਾਲ ਜਿਸ ਤਰ੍ਹਾਂ ਇਹ ਮੱਝਾਂ ਦੇ ਮੁੱਲ ਚੱਲੇ ਨੇ ਨਾ ਜੀ ਠੀਕ ਹੈ ਐਵੇਂ ਟੱਟੂ ਕਹਿ ਰਿਆਂ ਦੇ ਵੀ 7-7 ਲੱਖ 8-8 ਲੱਖ ਲੋਕ ਮੰਗੀ ਜਾਂਦੇ ਨੇ ਇਹ ਲੱਗਦੇ ਨੇ ਸਹੀ ਹੈ ਠੀਕ ਹੈ ਉਹ ਮੁੱਲ ਮੰਗੀ ਜਾਂਦੇ ਨੇ ਫਿਰ ਇਹਦਾ ਬਣਦਾ 11 ਲੱਖ ਰੁਪਈਆ ਮੁੱਲ ਅੱਛਾ ਇਸ ਤਰ੍ਹਾਂ ਦੀ ਮੇਰੀ ਝੋਟੀ ਹੈ ਠੀਕ ਹੈ ਪਰ ਜਿਹੜੇ ਭਰਾ ਨੂੰ ਪਸੰਦ ਆਵੇ ਨਾ ਜੀ ਮੁੱਲ ਪਾਲੀਏ ਛੱਡ ਕੇ ਗੱਲ ਹੋਵੇ ਜੀ 5,85,000 ਦੀ ਝੋਟੀ ਦੇ ਹਰ 5,85,000 ਦੀ ਮੱਝ ਨੰਬਰ 1 ਦੇ ਦੇਣਾ ਤੇ ਜਿਹੜੇ ਕਿਸੇ ਭਰਾ ਦੇ ਪਸੰਦ ਆ ਗਈ ਸਮੇਂ ਲਈ ਨਾ ਬਲਾਲ ਇਨਸ਼ਾਅੱਲਾ ਤਾਲਾ ਜਿਹੜਾ ਭਰਾ ਲੈ ਗਿਆ ਜੀ ਕਦੇ ساری ਜ਼ਿੰਦਗੀ ਯਾਦ ਕਰੇਗਾ ਪਹਿਲਣ ਹੋ ਕੇ ਇੰਜ ਹੋਵੇ ਦੀ ਕੀ ਬਾਤ ਹੈ ਇਹ ਜਵਾਈ ਮਾਸ਼ਾਅੱਲਾ ਜ਼ਿੰਦਾਬਾਦ ਸਮੇਂ ਲਈ ਠੀਕ ਹੋ ਗਿਆ ਜੀ ਪਹਿਲਣ ਹੋ ਕੇ ਦੂਸਰੀ ਚਵਾਈ ਹੋਣੀ ਹੈ ਹੁਣ ਜੀ ਸੌਸੀ ਨੇ ਜਮਾ ਲੱਤ ਚੁੱਕੇ ਦਾ ਫਿਰ ਨੀਲੀ ਦੀ ਲੈਣ ਦਾ ਫਾਇਦਾ ਕਿ ਫਿਰ ਤਾਂ ਬੰਦਾ ਕਿ ਤੂੰ ਸਿਆਲਕੋਟ ਦੀ ਲੈ ਲੈ ਜ਼ਿੰਦਾਬਾਦ ਮਾਸ਼ਾਅੱਲਾ ਅੱਗੇ ਲਿਆਓ ਜੀ ਮਾਈ ਨੰਬਰ 2 ਅੱਗੇ ਆ ਗਈ ਜੀ 2 ਬੱਚਾ ਵਹਾਲ ਹੈ ਚਲਾ ਸਾਹਿਬ ਬੱਚਾ ਵਹਾਲ ਹੈ ਭਰਾਵਾਂ ਨੂੰ ਤੇ ਫਿਰ ਮਾਈ ਬਹਾਨੀ ਤਸੱਲੀ ਨਾਲ ਮਾਸ਼ਾਅੱਲਾ ਗੁਜਰ ਸਾਹਿਬ ਕੀ ਸਵਾਲ ਆਇਆ ਮਾਈ ਲਾਲ ਦੂਜਾ ਸਵਾਲ ਆਇਆ ਇਹ ਕੈਮਰਾਮੈਨ ਪਹਿਲਾਂ ਇੱਧਰ ਲੈ ਆਉਣਾ ਲੋ ਜੀ ਵਹਾਉ ਮੂੰਹ ਐ ਕਨੀਆਂ ਹੁਣ ਵੀ ਮਾਈ ਕੱਢਦੀ ਜ਼ਿੰਦਾਬਾਦ ਠੀਕ ਹੈ ਮਾਸ਼ਾਅੱਲਾ ਲੈਣੇ ਲੈਣੇ ਨਸੀਬ ਨੇ ਬੁਲਾ ਲੋ ਜੀ ਦੂਸਰਾ ਸਵਾਲ ਆਇਆ ਦੂ ਕਨੀਆਂ ਦੇ ਜਿਹੜੇ ਦੰਦ ਨੇ ਕੱਢਦੀ ਪੀਏ ਮਾਸ਼ਾਅੱਲਾ ਮਾਸ਼ਾਅੱਲਾ ਤੇ ਅੱਜ ਤੀਸਰਾ ਦਿਨ ਨੇ ਚੌਥਾ ਸੂਈ ਨੂੰ ਝੋਟੀ ਦਾ ਹੱਥਾਂ ਨਾਲ ਵਹਾਣਾ ਝੋਟੀ ਦਾ ਤਸੱਲੀ ਨਾਲ ਭਰਾਵਾਂ ਨੂੰ ਤਸੱਲੀ ਨਾਲ ਵਹਾਣਾ ਤੇ ਝੋਟੀ ਵੀ ਤਸੱਲੀ ਨਾਲ ਵਹਾਣੀ ਹੈ ਤੀਸਰਾ ਚੌਥਾ ਦਿਨ ਨੇ ਸੂਈ ਨੂੰ ਮਗਰ ਕੀ ਦੂ ਪਿੱਛੇ ਕੱਟੀ ਮਗਰ ਇੱਕ ਕੱਟੀ ਯਾ ਮਾਸ਼ਾਅੱਲਾ ਗੁਜਰ ਸਾਹਿਬ
ਉਤਰੋ ਅੱਜ ਉਹ ਆਂਦੇ ਨਾਲ ਸੂਈ ਪੜਿਆ ਇਸ ਟਾਈਮ ਹਾਜ਼ਰ ਹੋ ਗਿਆ ਕਿੰਨਾ ਕੋ ਬੋਲ ਹੈ ਬਲਾਲ ਭਾਈ ਇਸ ਟਾਈਮ ਜਿਹੜੇ ਭਾਈ ਨੇ ਲੈਣੀ ਹੋਵੇ ਨਾ ਮਾਜੀ ਅੱਜ ਤੀਸਰਾ ਦਿਨ ਨੇ ਚੌਥਾ ਸੂਈ ਨੂੰ ਅੱਛਾ ਲੈਣੀ ਹੋਵੇ जिंदाबाद माशाल्लाह अल्लाह मेरा हुक्म ना रुसे मना खड़े दी माज मेरी जिंदाबाद माशाल्लाह इंज हो वेदा ना उंगल उंगल मोटा क्या बात है जी ठीक है ठीक हो गया जी लेने लेने नसीब ने जी नसीब गुजर साहब की मोल है माय नंबर 2 दा बिलाल आहो जी झोटियां ना ना जी मोल जेड़े होंदे ना फिर तन्नू भी पता केड़े होंदे ने अच्छा समय रली असा जी ओदे भरा रोजाना सुनदे ने ना असा मुल भी लाना है जी ते माल भी बेचना होंदा जी बेचना अल्हम्दुलिल्लाह अल्लाह पाक दी करम नवाजी हर वीडियो ही नवा ही माल होंदा जी होंदा ठीक है जी यही गल है जेडे भरा नु पसंद आ जाए ना छोटी अच्छा मुल शुल छड के गल होवे दी जी 5 लाख ते 55000 दी बिलाल भाई दे सना 5 लाख ते 55000 दी माज नंबर 2 माज एक बारी तसल्लियां ना भरावा देख लेनी है दे देना ते जेडे भी किसी भरा दे पसंद आ गई अगू साडे नसीब साडे नाल जी भरावा दे भरावा नाल सारी गल है नसीबां दी जिद्दबाजी वाली गल नहीं ना ही को चैंपियनशिप वाली गल है क्या बात है जी माशाल्लाह जिंदाबाद जी साहब अगे ले आओ जी माज नंबर 3 मगर कट्टा ठीक है जेर मुकम्मल पै गई जेर मुकम्मल पै गई है झोटी थोड़ी थोड़ी ना लो पाई है जी नंबर भी आंदी लेकिन मज मज का पुत्र हो गया क्या बात है माशाल्लाह लोग कहने ने ना मज जी अल्लाह मेरा दे हुक्म नाल ओ शाय होवे दी जिंदाबाद माशाल्लाह जेर में कंबल पै गई तू 3 बजे सुई है जेड़ी पहली बोली कड्डी हो किन्नी को कट्टी गल पा खुदा गल करनी है खा के गल या कच्ची गल नहीं करनी जेड़े बंदा कल नहीं खा होवे जी सुबह दी माज चोई अच्छा सुबह दी माज सुई ने ठीक है तकरीबन 6:30-7 बजे जेब से थी जी गुजर साहब बोली बाह दा शाम के हाली की थी अच्छा बच्चे नु जा के मां ने बिलाल घट तू घट नहीं 12-13 सिर बोली बच्चा रखिया जिस टाइम ते फिर जोई है 12-13 सिर फिर जेड़ा चुआ लगे है छोटी नु ए लो पान नाल ना थोड़ी थोड़ी कोची लगदी है भी ठीक है लेकिन मज मज दा पुत्र ही क्या बात है जी माशाल्लाह हकीकत जी ने लोकां ने ना मजा सारियां सोनियां नहीं होंदियां जी गणेश सोनी माशाल्लाह मैं कहना तो सारियां इंदियां भी नहीं होंदियां जी कंदी है क्या बात है माशाल्लाह जिंदाबाद जी साहब फिर जेड़ा चुआ लगे ही माज नु कर दे पुत्र ठीक इधर आ इंज है ना ए नाले बहाने ही भरावा नु मैं बोली ते नहीं थल्ले है जिंदाबाद माशाल्लाह उंगल उंगल मोटा चुआ हो गया बिलाल साहब लेने लेने नसीब ने गुजर साहब की मोल है माय नंबर 3 दा लाल मोल करिए ना अच्छा माय दा मोल बनदा 6.5 लाख रुपया ठीक है पर जेड़े भरा नु पसंद आवे ना सौदे बाद में छाड़ के गल है जी 4,85,000 4,85,000 दी माज नंबर 3 हां बिलाल भाई माज मेरी अल्लाह मेरे दे हुक्म ना 20 सेरा नु हाथ ना पाए ते 100 रुपया लाना आराम समझा दे क्या बात है जी माशाल्लाह जिंदाबाद गुजर साहब आगे ले आओ जी माय नंबर 4 माय नंबर आगे आ गई जी 4 माशाल्लाह गुजर साहब क्या बात है त्रीजा सुवा लाया है बिलाल साहब माज ने लो जी तीसरा सुवा माज ने लाया है ग्वाल वाली माज है जी अल्लाह दे हुक्म नाल ते गुजर साहब किने दिन दी सुई है माज सुई नु बिलाल आए ना दावा डांगी आज 10वां दिन है माज नु सुई नु मगर की है माज ने से माज ने सही मगर माज दे वेदा कट्टा माशाल्लाह जी 10वां दिन दी सुई है वेदी ते मगर वेदा कट्टा ते तलासा माज दी अख रोहानी भरावा नु तसल्ली ना13 किलो ना
ਬਣਾ ਕੇ ਦੇਵਾਂਗਾ 13 ਕਿਲੋ ਕੋਈ ਵੀ ਭਰਾ ਬਣਾ ਕੇ ਪੂਰਾ ਕਰ ਸਕਦਾ ਪੂਰਾ ਕਰ ਸਕਦਾ ਸਾਰੀ ਮਾਇ ਥਲੋਂ ਹੀ ਆ ਤਿੰਨਾਂ ਥਣਾ ਦਾ ਕਿ ਸਾਰੀ ਇੱਕ ਥਣਾ ਜਿਹੜਾ ਉਹ ਬੱਚੇ ਨੂੰ ਪਿਆ ਹੈ ਇਨਸ਼ਾਅੱਲਾ ਤਾਲਾ ਜਿਸ ਦਿਨ ਮੈਲ ਟੋਰੀ ਸੂ ਨਾ ਜੀ ਤੇ ਆਪੂ ਆਵਾਜ਼ ਮਾਰੇ ਦੀ ਕਿ ਮੇਰੇ ਥਲੋਂ 10 ਡੱਬੇ ਟਾਈਮ ਤੇ ਮਾਰੋ ਕੀ ਬਾਤ ਹੈ ਜੀ ਮਾਸ਼ਾਅੱਲਾ ਜ਼ਿੰਦਾਬਾਦ ਜੀ ਸਾਹਿਬ ਨਸਲ ਹੈ ਬਲਾਲ ਜ਼ਾਤ ਹੈ ਯੂ ਦੀ ਮੱਝ ਪੂਰੀ ਨਿੱਕੀ ਦੇ ਕੋ ਹੈ ਨਹੀਂ ਨਾ ਵੱਡੀ ਮਾਜੀ ਮਾਸ਼ਾਅੱਲਾ ਗਵਾਲ ਵਾਲੀ ਅੱਲਾਹ ਮਿਹਰਬਾਨ ਵੀ ਐਸਾ ਕੀ ਮੋਲੇ ਮਾ ਨੰਬਰ 4 ਦਾ ਬਲਾਲ ਭਾਈ ਮੁੱਲ ਕੋ ਨਹੀਂ ਅੱਛਾ ਇਹ ਤੋਹਫਾ ਭਰਾਵਾਂ ਵਾਸਤੇ ਠੀਕ ਹੈ ਤੇ ਜਿਹੜੇ ਭਰਾ ਨੂੰ ਪਸੰਦ ਆਵੇ ਨਾ ਜੀ ਇੱਕੋ ਹੀ ਗੱਲ ਅੱਛਾ ਹਾਂ ਹੀ ਆ ਨਾ 3,75,000 ਦੀ ਮਾਸ਼ਾਅੱਲਾ ਲੰਮਾ ਮੁੱਲ ਕਰਨਾ ਹੀ ਨਹੀਂ ਇਹ ਗਵਾਲ ਵਾਲੀ ਤੇ ਹੋਈ ਫਿਰ ਮੈਂ ਕਹਿੰਦਾ ਗੱਲ ਉਹ ਕਰਨੀ ਜਿਹੜੀ ਹੱਕ ਦੀ ਹੋਵੇ ਜੀ ਕੀ ਬਾਤ ਨੱਕੀ ਗੱਲ ਨਹੀਂ ਕਰਨੀ ਮਾਸ਼ਾਅੱਲਾ ਜ਼ਿੰਦਾਬਾਦ ਜਾ ਅੱਗੇ ਲਿਆਓ ਜੀ ਮਾਈ ਨੰਬਰ 5 ਮਾਝ ਨੰਬਰ ਆ ਗਈ ਜੀ 5 ਤੇ ਤਲਾ ਸਾਹਿਬ ਜ਼ਰਾ ਭਰਾਵਾਂ ਨੂੰ ਮਾਝਾਂ ਤਸੱਲੀ ਨਾਲ ਵਾਹਣੀਆਂ ਨੇ ਆਖਰੀ ਦੋਵੇਂ ਨੰਬਰ ਕੀ ਬਾਤ ਹੈ ਜੀ ਲੈਣੇ ਦੇਣੇ ਤੇ ਨਸੀਬ ਨੇ ਨਾ ਬਲਾਲ ਭਾਈ ਮਾਸ਼ਾਅੱਲਾ ਗੁਜਰ ਸਾਹਿਬ ਜਿੱਦ ਨਹੀਂ ਸਾਡੀ ਕਿਸੇ ਨਾਲ ਜੀ ਇਹ ਲਾਲ ਮਾਲ ਇਹਦੇ ਵਿੱਚ ਬੜੀ ਬਰਕਤ ਹੈ ਬੜੀ ਬਰਕਤ ਹੈ ਦਿਲ ਕਰੇ ਪੈਦਾ ਹੋ ਸਕਦਾ ਹੈ ਮਾਸ਼ਾਅੱਲਾ ਕੀ ਬਾਤ ਜਿੱਥੇ ਮੇਰਾ ਰੱਬ ਚਾਹੇ ਉੱਥੇ ਪੈਦਾ ਕਰ ਸਕਦਾ ਹੈ ਇਹ ਹੀ ਗੱਲ ਗੁਜਰ ਸਾਹਿਬ ਲੇਕਿਨ ਉਹ ਜੇ ਆ ਜਿਹੜੀਆਂ ਮੱਝਾਂ ਹੋਂ ਬਹਾਣ ਲਗੇ ਨਾ ਤੋ ਅੱਛਾ ਇਹ ਟਾਈਮ ਲੱਗੇ ਤਾਂ ਇਹੋ ਜੀ ਜੋੜੀ ਜਾ ਬੁੰਦੇ ਅੱਛਾ ਆਲ ਡੰਗਰ ਜੀ ਆਪਣੀ ਆਪਣੀ ਵੰਡ ਆਪਣੀ ਆਪਣੀ ਵੰਡ ਮਾਸ਼ਾਅੱਲਾ ਇਹ ਗੁਜਰ ਸਾਹਿਬ ਕੀ ਸਵਾਲ ਆਏ ਜੀ ਮਾਜ ਲਾ ਦੂਜਾ ਸਵਾਲ ਆਏ ਦੀ ਮੂੰਹ ਪੱਟ ਕੇ ਵੇਖ ਲੈ ਇਹ ਕੰਨੀਆਂ ਸੱਚੀ ਗਾਲੀਆਂ ਸੋ ਕੱਢੀਆਂ ਨਹੀਂ ਦੂਸਰਾ ਸਵਾਲ ਆਏ ਦੀ ਜਿਹੜੀਆਂ ਨੇ ਨਾ ਜਵਾਨੀ ਦੀਆਂ ਕੰਨੀਆਂ ਇਧਰ ਆ ਇਧਰ ਆ ਇਧਰ ਕੈਮਰਾਮੈਨ ਠੀਕ ਹੈ ਇਧਰ ਆ ਇੱਥੇ ਲਾ ਮਾਸ਼ਾਅੱਲਾ ਅੱਲਾ ਮੇਰੇ ਦੇ ਹੁਕਮ ਨਾਲ ਉੱਤੇ ਉੱਤੋਂ ਵੀ ਵਹਾ ਅਯੇ ਮਾਇ ਨੂੰ ਪਤਾ ਨਹੀਂ ਸੌਣਦਾ ਤਸੱਲੀ ਨਾਲ ਵਹਾਣਾ ਤੇ ਥਾਣ ਵਹਾਣਾ ਕੀ ਬਾਤ ਹੈ ਜਿਸ ਭਰਾ ਕੋਲ ਮੱਝ ਲਈ ਹੈ ਨਾ ਜੀ ਉਹਨੇ ਆਖਿਆ ਨੇ ਹੈ ਮੈਂ ਮੱਝ ਪਹਿਲਾਂ ਸੂਆ ਘਰ ਚੁੰਗੀ ਹੈ ਜਦੋਂ ਸੂਈ ਨਾ ਜੀ ਤੇ ਤੁਹਾਨੂੰ ਪੁੱਛ ਕੇ ਸੂਏ ਦੀ ਮੈਂ ਅੱਜ ਸੂ ਪਾਵਾਂ ਕਿ ਨਾ ਸੂਆਂ ਕੀ ਬਾਤ ਹੈ ਮਾਸ਼ਾਅੱਲਾ ਗੁਜਰ ਸਾਹਿਬ ਮੈਂ ਇਹਨੇ ਸੂਆ ਲੈਣਾ ਦੂਸਰਾ ਤੇ ਦੇਣੀ ਕਿੰਨੇ ਕੋ ਲੈ ਦੀ ਬਲਾਲ ਭਾਈ ਆਈਏ ਮੈਂ ਮਾਲਕਾਂ ਦੇ ਬਕੋਲ 10 ਦਿਨਾਂ ਤੱਕ ਦੇਣ ਲੈਂਦੀ ਮਾਲਕਾਂ ਦੇ ਬਕੋਲ 10 ਦਿਹਾੜੇ ਨੇ ਨਾ ਜੇ ਮੈਂ ਦੇ ਸੂਣ ਵੀ ਮਰਲੇ ਮਾਨ ਦਾ ਹੋਵੇ ਤੇ ਕੀ ਰਹਿ ਰਹਿਦਾ ਕੀ ਬਾਤ ਠੀਕ ਜ਼ਿੰਦਾਬਾਦ ਮਾਸ਼ਾਅੱਲਾ ਇੱਕ ਵਾਰੀ ਮਾਈ ਪਾਣੀ ਪੀ ਜਾਂਦੀ ਹੈ ਮਾਈ ਸ਼ਕਲ ਵਹਾਣੀ ਪੜਾਵਾਂ ਮਾਈ ਪੂਰੀ ਕੈਮਰਾਮੈਨ ਤਸੱਲੀ ਕਰਕੇ ਵਹਾ ਸਕਦੀ ਹੈ ਉਂਝ ਫਿਰ ਘਰ ਘਰ ਮੱਝਾਂ ਚੰਗੀਆਂ ਚੰਗੀਆਂ ਨੇ ਕੀ ਬਾਤ ਹੈ ਜੀ ਮਾਸ਼ਾਅੱਲਾ ਜ਼ਿੰਦਾਬਾਦ ਲੈਣੇ ਦੇਣੇ ਨਸੀਬ ਨੇ ਲੋ ਜੀ ਤਲਾ ਸਾਹਿਬ ਮਾਈ ਦੀ ਅੱਖਾਂ ਸ਼ਕਲ ਵਹਾਣੀ ਹੈ ਕੀ ਬਾਤ ਆਪਣੇ ਘਰ ਸਿਆਣਾ ਤੇ ਚੰਗਾ ਸਾਡੇ ਨਾਲ ਬਿਹਤਰ ਲੇਕਿਨ ਹੁਣ ਮਾਝ ਤੇ ਆ ਕੇ ਕੋਈ ਬੰਦਾ ਆਖੇ ਵਾ ਸਿਆਣਾ ਤੇ ਉਹ ਫਿਰ ਝੂਠੀ ਹੈ ਸਭ ਇਹ ਗੱਲ ਹੈ ਮਾਸ਼ਾਅੱਲਾ ਗੁਜਰ ਸਾਹਿਬ ਸੁਣ ਜੀ ਗੱਲ ਸੁਣਾਣੀ ਹੈ ਇਹ ਮਾਈ ਨੰਬਰ 5 ਦਾ ਕੀ ਮੁੱਲ ਹੈ ਬਲਾਲ 6 ਨੰਬਰ ਵੀ ਵਹਾ ਲੈ ਫਿਰ ਦੋ ਮੱਝਾਂ ਦੀ ਗੱਲ ਵੱਖੋ ਵੱਖੀ ਦੱਸਣੀ ਹੈ ਪਰ ਇੱਕ ਵਾਰੀ ਸ਼ੌਕ ਤੇ ਭਰਾਵਾਂ ਨੂੰ ਬੁਲਾ ਲਈਏ ਨਾ ਅੱਛਾ ਹਾਂ ਚਲੋ ਲਿਆਓ ਜੀ ਮੁੱਲਾਂ ਨਾਲ ਨਹੀਂ ਇਹੋ ਜਿਹੀਆਂ ਸ਼ੈਵਾਂ ਲੱਭਦੀਆਂ ਲਿਆਓ ਜੀ ਐਟੀ ਬੜੀਆਂ ਟਰਲੀਆਂ ਨੂੰ ਲੋਕ ਡੱਕੇ ਲਾ ਕੇ ਮੁੱਲ ਲਾਈ ਜਾਂਦੇ ਨੇ 12-12 14-14 ਲੱਖ ਰੁਪਏ ਕੀ ਬਾਤ ਹੈ ਜੀ ਜ਼ਿੰਦਾਬਾਦ ਮਾਸ਼ਾਅੱਲਾ ਠੀਕ ਲਓ ਜੀ ਆ ਗਈ ਜੀ ਮਾਈ ਨੰਬਰ 6 ਤਰਾ ਸਾ ਮਾਈ ਦੀ ਸ਼ਕਲ ਵਹਾਣੀ ਤਸੱਲੀ ਨਾਲ ਤੇ ਫਿਰ ਪੁੱਠਾ ਤੇ ਥਣ ਲਬਾਸ ਵਹਾਣਾ ਮੈਂ ਕਹਿੰਦਾ ਅੱਲਾ ਮੇਰੇ ਦੇ ਹੁਕਮ ਨਾਲ ਬਲਾਲ ਜੀ ਜਰਸੀ ਗਾਂ ਹੋਵੇ ਦੀ ਦਿਹਾੜੇ ਬਲਾਲ ਹੁਣ ਮਾਈ ਤਿਆਰ ਹੀ ਹੈ ਦੋ ਤਿੰਨ ਲੈ ਜਾਣਾ ਦੋ ਤੋਂ ਤਿੰਨ ਦਿਨ ਨੇ ਜਿਹੜੇ ਉਹ ਲੈ ਜੇ ਸਾਡੇ ਨਾਲ ਬਿਹਤਰ ਬਲਾਲ ਜਿਹੜੀ 5 ਨੰਬਰ ਮੱਝ ਹੈ ਨਾ ਜਿਹੜੇ ਭਰਾ ਨੂੰ ਅੱਜ ਪਸੰਦ ਆਵੇ ਨਾ ਅੱਜ ਅੱਛਾ 7,85,000 ਦੀ ਮੱਝ ਦੇਖਣਾ 7,85,000 ਦੀ 5 ਨੰਬਰ ਮੱਝ 5 ਨੰਬਰ ਤੇ 6 ਨੰਬਰ
6 ਨੰਬਰ ਜਿਹੜੇ ਭਰਾ ਨੇ ਲੈਣੀ ਹੋਈ ਨਾ ਜੀ ਠੀਕ ਹੈ ਜਿਹਨੂੰ ਚੰਗਾ ਸ਼ੌਕ ਹੋਇਆ ਅੱਛਾ ਗੱਲ ਹੈ ਆਹ ਜਨਾਂ ਵਾਲੀ ਠੀਕ ਹੈ 10.5 ਲੱਖ ਦੀ ਮਾਈ ਦੇ ਸਾਡੇ 10 ਲੱਖ ਦੀ ਜਾਂ ਆਹ ਜਨਾਂ ਵਾਲੀ ਗੱਲ ਹੋਵੇ ਜੀ 6 ਨੰਬਰ ਮਾਜ ਉਹ ਬਲਾਲ ਜੀ ਦੇ ਕੋਲ 5 ਲੱਖ ਵਾਲੀ ਵੀ ਆ ਜਾਂਦੀ ਹੈ ਉਹ ਕਹਿੰਦਾ ਮੈਂ ਜੀ ਅੱਜ ਮੁੱਲ ਨਹੀਂ ਲਾ ਸਕਦਾ ਮੇਰੀ ਮਾਜ ਭਾਰੀ ਹੈ ਕੀ ਬਾਤ ਤੇਰੇ ਸਾਹਮਣੇ ਇਹ ਅੱਲਾ ਬਲਾਲ ਦੀ ਕਰਮ ਵਾਲੀ ਹੈ 12 ਲੱਖ ਦੀ ਮੁੱਲ ਆ ਗਈ ਠੀਕ ਹੈ ਬਕਾਇਆ ਗੱਲ ਰਹਿ ਗਈ बिलाल राती गां सुई है शामी दूजा सुआ लाया वैडी ने ए बच्छी है मगर सुआ लाया तू मगर तू बच्छी ठीक है माशाल्लाह जी बलाल जेड़े भरा नु पसंद आई ना वैडी मुल शुल कोई नी अच्छा 3 लाख बलाल ਗਾਵਾਂ ਤੇ ਘਰ ਘਰ ਆਏ ਨੇ ਨਾ ਸਹੀ ਹੈ ਤੇ ਰੋਜ਼ ਗਾਵਾਂ ਦੀ ਵੀਡੀਓ ਤੂੰ ਬਣਾਉਣਾ ਹੈ ਜੀ ਬਣਦੀ ਮੱਝਾਂ ਦੀ ਬਣਾਉਣਾ ਹੈ ਜੀ ਬਣਦੀ ਇਨਸ਼ਾਅੱਲਾ ਤਾਲਾ ਅੱਲਾ ਦੇ ਹੁਕਮ ਨਾਲ ਜਿਹਨੂੰ ਘਟ ਘਟ ਹੀ ਹੋਵੇ ਜੀ ਇਹਨੂੰ ਕਹਿੰਦੇ ਨੇ ਮਾਸ਼ਾਅੱਲਾ ਮਾਸ਼ਾਅੱਲਾ ਕੀ ਬਾਤ ਠੀਕ ਹੈ ਜ਼ਿੰਦਾਬਾਦ ਅੱਲਾ ਪਾਕ ਦੇ ਸਾਹ ਲੰਮੇ ਕਰੇ ਜਿਹੜਾ ਭਰਾ ਲੈ ਗਿਆ ਨਾ ਜੀ ਕਹਿੰਦੇ ਸਾਰੀ ਜ਼ਿੰਦਗੀ ਆਖੇ ਦਾ ਮੈਂ ਜੀ ਗੁਜ਼ਰੇ ਬਾਹ ਇੱਕ ਹੋਰ ਲਿਆ ਦੇ ਮਾਸ਼ਾਅੱਲਾ ਗੁਜ਼ਰ ਸਾਹਿਬ ਜੀ ਇਸ ਵਾਲਾ ਆਈ ਦੀ ਗਾਂ ਬਲਾਲ ਦੂਜਾ ਸੁਆ ਲਾਣਾ ਵੈੜੀ ਨੇ ਦੂਸਰਾ ਸੁਆ ਵੈੜੀ ਨੇ ਲਾਣਾ ਤੇ ਗੱਬਣ ਹੋਵੇ ਦੀ ਗੱਬਣ ਹੋਵੇ ਤੇ ਗਰੰਟੀ ਸੁਦਾ ਗੱਲ ਹੈ ਐਵੇਂ ਹਾਂ ਨਹੀਂ ਗਰੰਟੀ ਦੀ ਗੱਲ ਇਹ ਗਰੰਟੀ ਹੋ ਜੂਗਾ ਕਿ ਸਹੀ ਲਾ ਦੂਸਰਾ ਸੁਆ ਲਾਣਾ ਜੇ ਨੇ ਕਿਨੇ ਬਲਾੜੇ ਆਈਏ ਬਲਾਲ ਦੇ ਨੇ ਆਈਏ ਕਿੱਥੇ ਆਈਏ ਤੇ ਮਸਾ ਨਹੀਂ ਹੈ ਧਰਤੀ ਦੀ ਹਾਂਜੀ ਆਈਏ ਤੇ ਹੁਣ ਹੀ ਸ਼ੁਰੂ ਹੋਈ ਸਮਝ ਲਈ ਅੱਖ ਨਾਲ ਨਾਲ ਮਾਸ਼ਾਅੱਲਾ ਐਡੀ ਗਾਂ ਲਬਾਸ ਸਮਝ ਲਈ ਨਾ ਬਲਾਲ ਐਡੀਆਂ ਨੀਆਂ ਗਾਵਾਂ ਰੋਜ਼ ਰੋਜ਼ ਨਹੀਂ ਪੈਦਾ ਹੁੰਦੀਆਂ ਨਹੀਂ ਹੁੰਦੀਆਂ ਸਮਝ ਲਈ ਜੀ ਜ਼ਿੰਦਾਬਾਦ ਆ ਵੇਖ ਨਾ ਮਾਸ਼ਾਅੱਲਾ ਆਈਏ ਤਾਂ ਖਾਲੀ ਪਈ ਹੈ ਸ਼ੋਦੀ ਹੈ ਗੁਰੂ ਸਾਹਿਬ ਪਿਛਲੇ ਸਵੇਰ ਦਾ ਕੀ ਰਿਕਾਰਡ ਰਿਹਾ ਗਾਂ ਦਾ ਬਲਾਲ ਭਾਈ ਰਿਕਾਰਡ ਉਹ ਦੱਸਣਾ ਜਿਹੜਾ ਹੱਕ ਸੱਚ ਦਾ ਹੋਵੇ ਦਾ ਕੀ ਹੋਈ ਗੱਲ ਪਿਛਲੇ ਸਵੇਰ 3 ਟਾਈਮ ਦੀ ਚੁਆਈ ਤੇ ਗਾਂ ਦਾ ਕੀ ਅੱਛਾ ਪਹਿਲਣ ਵੈੜੀ 36 ਕਿਲੋ ਦਾ ਰਿਕਾਰਡ ਹੈ 36 ਕਿਲੋ ਦਾ ਠੀਕ ਹੈ ਪਹਿਲੇ ਸਵੇਰ ਦਾ ਰਿਕਾਰਡ ਤੂੰ ਸਮਝਦਾ ਨਹੀਂ ਨਾ ਜੀ ਇਹ ਤੈਨੂੰ ਵੀ ਪਤਾ ਗਾਂ ਕਿੱਥੋਂ ਆਈ ਨਹੀਂ ਜੀ ਪਤਾ ਹੈ ਸਾਰੀ ਦੁਨੀਆ ਨੂੰ ਪਤਾ ਹੈ ਤੇ ਗਈ ਵੀ ਅੱਥੀ ਗਈ ਵੀ ਅੱਥੀ ਪਿਛਲੇ ਸਵੇਰ ਪਹਿਲਣ ਵੀ ਅੱਥੀ ਗਈ ਇਹ ਵੱਛੀ ਸਾਡੇ ਅਸਾਂ ਘਰ ਪਾਲੀ ਤੇ ਪਹਿਲਣ ਦਿੱਤੀ ਜੀ ਗਈ ਠੀਕ ਹੈ ਠੀਕ ਹੈ ਮਾਸ਼ਾਅੱਲਾ ਕੀ ਬਾਤ ਇਹਦੀਆਂ ਪਹਿਲਣ ਦੀਆਂ ਵੀਡੀਓ ਮੇਰੇ ਕੋਲ ਹੈ ਜੀ ਆਏ ਨੇ ਠੀਕ ਹੈ ਠੀਕ ਹੋ ਗਿਆ ਇਹ ਵੈੜੀ ਖੋਲੋ ਜੀ ਜੀ ਖੋਲੋ ਤਸੱਲੀ ਨਾਲ ਭਰਾਵਾਂ ਨੂੰ ਵਿਖਾਓ ਇੱਕ ਵਾਰੀ ਸਮਝ ਲਈ ਮਾਸ਼ਾਅੱਲਾ ਐਡਾ ਕੱਦ ਕਾਠ ਨਹੀਂ ਹੁੰਦਾ ਹਰ ਗਾਂ ਦਾ ਮੈਂ ਕਹਿੰਦਾ ਐਡੀ ਹਰ ਗਾਂ ਨਹੀਂ ਹੁੰਦੀ ਐਡਾ ਸਾਂਭ ਕੇ ਵੀ ਦੱਸੀ ਸਾਂਭ ਕੇ ਸਾਈਆਂ ਨੇ ਦੇਖੋ ਜੀ ਔਰ ਡੰਗਰ ਹੋਵੇ ਤਾਂ ਸੇਵਾ ਆਪੂ ਕਰਾ ਲੈਂਦਾ ਕਿ ਕੀ ਬਾਤ ਹੈ ਜੀ ਮਾਸ਼ਾਅੱਲਾ ਜ਼ਿੰਦਾਬਾਦ ਗੁਜਰ ਸਾਹਿਬ ਵੀਰ ਸਾਹਿਬ ਕੀ ਮੁੱਲ ਹੈ ਗਾਂ ਨੰਬਰ 2 ਦਾ ਬਲਾਲ ਗਾਂ ਹੈ ਮੇਰੀ 15 ਲੱਖ ਦੀ ਅੱਛਾ ਜਿਸ ਤਰ੍ਹਾਂ ਰੇਟ ਤੇ ਚੱਲਦੇ ਨੇ ਜੀ ਠੀਕ ਹੈ ਗਾਂ 10 ਤੇ ਨਹੀਂ ਇਹ ਲੈਂਦੀ ਹੈ ਜੀ ਜਿਹੜੇ ਭਰਾ ਨੂੰ ਪਸੰਦ ਹੋਈ ਨਾ ਅੱਛਾ ਤੇ ਆਹੀਆਂ ਨਾਲ ਹੀ ਗੱਲ ਹੈ ਠੀਕ ਹੈ 9.5 ਦੀ ਗਾਂ 9.5 ਲੱਖ ਦੀ माशाल्लाह ਵਿਜੇ ਸਾਹਿਬ ਕੀ ਸਵਾਲ ਆਇਆ ਮਾਏ ਬਲਾਲ ਦੂਜਾ ਸਵਾਲ ਆਇਆ ਛੋਟੀ ਨੇ ਕਿੰਨੇ ਦਿਨਾਂ ਦੀ ਸੂਈ ਸੂਈ ਨੂੰ ਆਇਆ ਤੀਸਰਾ ਦਿਨ ਹੀ ਚੌਥਾ ਅੱਜ ਤੀਸਰਾ ਚੌਥਾ ਦਿਨ ਹੈ ਸੂਈ ਨੂੰ ਮਗਰ ਕੀ ਪਿੱਛੇ ਕੱਟੀ ਮਗਰ ਕੱਟੀ ਤੇ ਮੀਣੀ ਮੀਣੀ ਬੱਲੀ
माशाल्लाह झोटी चंगी है पूरी पीड़ा लबास जो थान मोठ मोठ दा लगे है चंगा नाले बली ते मीनी क्या बात है जिंदाबाद ठीक हो गया जी अल्लाह पाक खैर करे अल्लाह पाक मुल्क पाकिस्तान नु अपने सही मान के रखे रहन दी दुनिया तक इंशाल्लाह अगली वीडियो दे नाल फेर मिलांगे इसरे वीडियो दे नाल जो याद रब रा खाला सुन दे वाले नारे दी आवाज आवे ताजदारे हतमे नबूवत जिंदाबाद पाकिस्तान जिंदाबाद।